ਸਰਕਾਰ ਬਣਦੇ 2100 ਰੁਪਏ ਹਰੇਕ ਮਹਿਲਾ ਵਿਨ ਕੀਤੀਆਂ ਦਿੱਤੀਆਂ ਨਹੀਂ ਕਹਿੰਦੇ 8,500 ਦੇਣੀ ਆਪ ਕਹਿੰਦੀ ਸੀ 2100 ਰੁਪਏ ਹਰੇਕ ਮਹਿਲਾ 500 ਨੂੰ ਸਿਲੰਡਰ 10 ਲੱਖ ਆਯੁਸ਼ਮਾਨ ਦੀ ਕਰਦੀ ਸੁਣਨ ਨੂੰ ਲੱਗਾ ਹੁਣ 10 ਲੱਖ ਰੁਪਏ ਐਲ ਐਸ ਪੀ ਬਹੁਤ ਵੱਡੀ ਬਾਤ ਹੈ ਔਰ ਪੜ੍ਹਨ ਵਾਲੀ ਮਾਰੀ ਬਾਣ ਬੇਟੀ ਆ ਧੀ ਕਿਡਨੀ ਡਾਇਲਸਿਸ ਦਾ ਇਲਾਜ ਫਰੀ ਇੱਕ ਦੀ ਸੀ ਬਹੁਤ ਲੰਬੀ ਲੰਬੀ ਯੋਜਨਾ ਹੈ ਇਹ ਭਾਰਤੀ ਜਨਤਾ ਪਾਰਟੀ ਕਰ ਸਕਿਆ ਹੈ ਇੱਕ ਵਾਰ ਇਸ ਦਾ ਰਾਜ ਮਰਨ ਨੌਕਰੀ ਵੀ ਉਹ ਲੱਗ ਗਿਆ ਅਰਦੇ ਤੋਂ ਕੰਮ ਮਿਲਿਆ ਚਾਰ ਪੰਜ ਠੇਕੇਦਾਰ ਬਣਾ ਰੱਖੇ ਦੇ ਕਾਂਗਰਸੀਆਂ ਉਹਨੂੰ ਕਹੀ ਦਾ ਹਿਸਾਬ ਦਿੱਤਾ ਯਾਰ ਦਾ ਕੰਮ ਇਹ ਕਾਂਗਰਸੀਆਂ ਨੇ ਦਲਾਲ ਪਾ ਰੱਖੇ ਅਰੀ ਤੋਰ ਵੀ ਭੁੱਖੇ ਬੇਟੀਆਂ ਇਤਨੇ ਹੱਟਦੇ ਹੋਣ ਕਾਂਗਰਸ ਦੀ ਨੀਤੀ ਹੋਈ ਰਹੀ ਹੈ ਗਰੀਬ ਆਦਮੀ ਦੇ ਬਾਲਕ ਦੇ ਸਰਕਾਰੀ ਨੌਕਰੀ ਕਰਨਾ ਦਾ ਕਾਫੀ ਨਹੀਂ ਸਮਝਦੀ ਜਿਹਾ ਕੰਮ ਕਰ ਰੱਖੇ ਦੇ ਤੁਸੀਂ ਜੇ ਤਾਂ ਧੰਦੇ ਠਾਏ ਰਹੋ ਨਾ ਤੇ ਖੈਰ ਜੀ ਗਰੀਬ ਆਦਮੀ ਦਾ ਤਾਂ ਕੋਈ ਮਤਲਬ ਹੀ ਨਹੀਂ ਗਰੀਬ ਤੇ ਗਰੀਬ ਹੋ ਚਾਹੇ ਅਮੀਰ ਹੋ ਬਿਨਾਂ ਪਰਚੀ ਬਿਨਾਂ ਖਰਚੀ ਇੱਕ ਰੁਪਿਆ ਵੀ ਨਹੀਂ ਲੱਗਦਾ ਕਿਸੇ ਬਾਲਕ ਰੁਜ਼ਗਾਰ ਮਿਲਦਾ ਤੇ ਇੱਕ ਚਾਹੇ ਕੱਪੀ ਨਹੀਂ ਪੈਂਦੇ ਹਾਂ ਇਹ ਬਾਪ ਨੇ ਦੇਖਣਾ ਹੈ ਇੱਕ ਵਾਰ ਉਹਨਾਂ ਦੇ ਚਿਹਰੇ ਦੇਖ ਲਿਓ ਝੂਠਾ ਨਿਰਦਲੀ ਉਹ ਜੋ ਸਮਾਜ ਸੇਵਕ ਹੋਏ ਨਾ ਆਪਣੇ ਆਪ ਨਾਲ ਫਰੀ ਜੀ ਬਸ ਫਰੀ ਜੀ ਚੁੰਦੜੀ ਫਰੀ ਜੀ ਕੰਮ ਇਨ ਤਾਂ ਕੋ ਬਲਕਾ ਬੁਸ਼ ਥੋੜਨਾ ਬੜਾ ਕੋਈ ਗਲੀ ਬਣਵਾਈ ਹੋ ਸੜਕ ਬਣਵਾਈ ਹੋ ਕਿਤੇ ਪਾਣੀ ਪਹੁੰਚਾਇਆ ਹੋ ਕਿਤੇ ਪਾਣੀ ਦੀ ਨਿਕਾਸੀ ਠੀਕ ਹੋ ਰਾਮ ਰਾਮਾਂ ਕਿਤੇ ਤਲਾਬ ਹੋ ਖੇਤਾਂ ਪਾਣੀ ਹੋ ਇਹ ਤਾਂ ਬਹੁਤ ਛੋਟੇ ਕੰਮ ਉਸਨੇ ਹੀ ਇੰਨਾ ਕਰਾਏ ਫਿਰ ਰੋਜ਼ਗਾਰ ਕੀ ਕਿਵੇਂ ਕਰਿਆ ਉਸਨੇ ਕੋਈ ਇੰਡਸਟਰੀ ਫੈਕਟਰੀ ਉਹ ਮਾਰੂਤੀ ਹੋਂਡਾ MT ਮੈਂ ਲਵਾਇਆ ਹੋ ਆਪਣਾ ਕੰਮ ਕਰੋ ਮਾਰਕੀਟ ਲਾਉਂਦਾ ਤਾਂ ਫੈਕਟਰੀ ਲਾਵਾਂ ਆਹ ਕੀ ਹੋ ਰਿਹਾ ਤਾ ਸਰਕਾਰ ਨੇ ਤਾਂ ਬਿਨਾਂ ਪਰਚੀ ਖਰਚੀ ਕਰਕੇ ਨੌਕਰੀ ਸਰਕਾਰੀ ਨੌਕਰੀ ਹੈਗਾ ਤਾਂ ਘਰੇ ਦੀਆ ਉਸਨੇ ਵੀ ਤਾਂ ਆਪਣੀ ਔਰਤ ਕਿਵੇਂ ਰੋਜ਼ਗਾਰ ਕਰਨਾ ਚਾਹੀਏ ਤਾਂ ਗਰੀਬੀ ਭਕਾਓ ਆ ਜਾ ਪਤਾ ਨਹੀਂ ਕਿਉਂ ਉਹ ਖਿਲਾੜੀਆਂ ਤੁਸੀਂ ਕੁਛ ਕਰ ਦਿੰਦਾ ਹਰੇ ਕੰਮ ਸਟੇਡੀਅਮ ਬਣਵਾਓ ਜੀ ਅੱਜ ਦਾ ਮਤਲਬ ਹੈ ਨਹੀਂ ਜਿਹੜੇ ਹੈ ਉਹਦੇ ਕੋਚ ਨਹੀਂ ਉਹਦੇ ਦੇਖੇ ਸੰਭਾਲੇ ਮੈਂ ਬੜਾ ਸਾ ਸਪੋਰਟਸ ਸੈਂਟਰ ਬਣਵਾਓ ਜੀ ਮੇਰੇ ਕਿ ਤੇਰੇ ਥਾਰੇ ਵਾਲੇ ਵੀ ਖੇਲਵਾ ਬੜੇ ਨਸ਼ੇ ਤੋਂ ਦੂਰ ਰਹੇ ਅੱਧੇ ਵਾਲੇ ਤੇ ਨਸ਼ੇ ਕਹਿੰਦੇ ਨੂੰ ਵਾਜੇ ਕਿ ਉਹ ਖੇਲ ਮਰੂਚੀ ਅੱਜ ਸਵਸਥ ਵੀ ਠੀਕ ਰਹੇ ਸਾਰੀ ਚੀਜ਼ਾਂ ਫਰਕ ਪੜੇਗਾ ਸਿੱਖਿਆ ਖਾਤਰ ਕੁਛ ਕਰਿਆ ਫਰੀ ਕੀ ਬਸ ਜ਼ਿੰਦਗੀ ਥੋੜ੍ਹਾ ਚਲਾਏ ਸਰਕਾਰੀ ਵੀ ਲਵਾਸ ਕਾ ਥਾ ਉਹ ਔਰ ਵਾਪਸ ਵੀ ਨੂੰ ਨਾ ਚਲਾ ਰਿਹਾ ਕਿ ਮੇਰਾ ਕਿਤਨੇ ਗਲੇ ਕੱਟ ਰਿਹਾ ਸਾਡੇ 10 ਕਰੋੜ ਆ ਕੇ ਇਸੇ ਗਰੋਥ ਤੱਕ ਆਏ ਸਾਡੇ 13 ਗਾਏ ਗੁਰਗਾਮ ਮਗਾਨ ਭੋਪਾਲ ਗਾ ਫਿਰ ਉਹਨੇ ਕਿਤਨੇ ਕੀ ਗਲੇ ਕੱਟ ਰਿਹਾ ਉਹਨੇ ਵਿਆਜ ਵਿਆਜ ਮੈਂ ਬਸ ਚਲਾ ਰਿਹਾ ਲੇਕਿਨ ਆਮ ਆਦਮੀ ਦਾ ਕੋਈ ਨਾ ਪਤਾ ਨਾ ਪਰ ਜਦ ਪਸਾਏ ਦੇ ਵਿਧਾਇਕ ਬਣਾਓਗੇ ਤਾਂ ਨੱਪਾਗੇ ਨੱਪਾ ਹਲਕੇ ਹੈ ਅਖਬਾਰ ਮੈਂ ਕਢਵਾ ਜਾਵਾ ਜੋ ਫਰੀ ਕੀ ਬਸ ਚਲਾ ਰਿਹਾ ਉਹ ਵਿਧਾਇਕ ਕੰਮ ਫਿਰ ਗਿਣੀ ਹੋਏ ਮੈਂ ਤੁਸੀਂ ਹੋਰ ਕੰਮ ਤਾਂ ਕਰਤਾ ਹੀ ਨਹੀਂ ਹੋ ਹੋਰ ਉਸਨੇ ਦੂਸਰਾ ਕੰਮ ਤਾਂ ਕਰਾਇਆ ਹੀ ਨਹੀਂ ਫਰੀ ਕੀ ਬਸ ਤੁੰਦੜੀ ਯਾਰ ਕੰਮ ਬਣ ਪਰ ਥਾਰੇ ਬੱਚਾ ਭਵਿਸ਼ ਹੈ ਉਸਨੇ ਕੁਛ ਸੰਭਾਲਾਗਾ ਤਾਰੀ ਇਹ ਜ਼ਰੂਰਤ ਹੈ ਇਹ ਗਲੀ ਸੜਕ ਇਹ ਪਾਣੀ ਦੀ ਨਿਕਾਸੀ ਦੋ ਬੂੰਦਾ ਜਾ ਗਲ ਠੁੱਕ ਜਾਏ ਪੀਣ ਦਾ ਪਾਣੀ ਨਹੀਂ ਪਾਣੀ ਦੀ ਸਪਲਾਈ ਨਹੀਂ ਇਹ ਦਿੱਕਤ ਹੋ ਗਰੀਬ ਆਦਮੀ ਨਾਲ ਕੀ ਦਿੱਕਤ ਹੋ ਗਾਂਵ ਰਾਮ ਨੇ ਵੀ ਉਹਨੂੰ ਕਹਿ ਰਿਹਾ ਗਾਂਵ ਰਾਮ ਕੇ ਸਦਲੇ ਕੰਮ ਵੀ ਦੇ ਹੋਏ ਸਾਮੂਹਿਕ ਕੰਮ ਜੇ ਛੋਟੇ ਛੋਟੇ ਨਹੀਂ ਕਰਾਇਆ ਉਸਨੂੰ ਵੱਡੇ ਕਿਤ ਕਰਾ ਦੋ ਸਿੱਖਿਆ ਦਾ ਨਾਮ ਪੱਕ ਰਹੇ ਦੇਖੋ ਬੜਾ ਮੈਡੀਕਲ ਕਾਲਜ ਖੁਲਵਾਏ ਕੋਈ ਇੰਜੀਨੀਅਰਿੰਗ ਕਾਲਜ ਹੁੰਦਾ IIT ਉਹ ਵੱਡੀ ਵੱਡੀ ਯੂਨੀਵਰਸਿਟੀ ਸਾਰੇ ਬੇਟਾ ਬੇਟੀ ਕੋ ਅੱਛੀ ਪੜ੍ਹਾਈ ਕਰੇ ਉਹ ਤਾਂ ਮਾਨਾ ਹੀ ਸਿੱਖਿਆ ਸਵਸਥੇ ਦੀ ਕਰੇ ਉਹ ਮੈਂ ਸਿਵਲ ਹਸਪਤਾਲ ਗੱਲ ਹੈ ਦੇਖ ਲਓ ਆਪਣੇ ਕੰਮ ਅੱਛੀ ਅੱਛੀ PHC ਸੈਂਟਰ ਬਣਾ ਹੋਏ ਈਸਾ ਇੱਕ ਕਾਂਗਰਸੀ ਤਾਂ ਉਸ ਤੋਂ ਦੁਖੀ ਹੋ ਗਿਆ ਤੁਮ ਨਹੀਂ ਉਹ ਬਣਾਇਆ ਥਾ ਕਾਂਗਰਸ ਵਾਲਾ ਕਹਿੰਦਾ ਤਾਂ ਭੁੱਲ ਗਏ ਮਤ ਲਿਖਾਈ ਉਹ ਗਾਂਵ ਕਹਿੰਦੇ ਚਰਪਾ ਜੀ ਇਤਨੇ ਭੁੱਖੇ ਬੇਟੀਆਂ ਨਹੀਂ ਠੇਕੇਦਾਰ ਗਰੀਬ ਆਦਮੀ ਦੀ ਪਹਿਲੇ ਵੀ ਇੱਕ ਲੋਹਾ ਦਰਵਾਜ਼ਾ ਕੇ ਰੱਖਿਆ ਦਿੰਦਾ
ਨਾਕ ਮਿਲਿਆ ਕਰ ਤਰਨਾ ਨੌਕਰੀ, ਉਸ ਤੇ ਵੀ ਬੜਾ ਟਾਈਮ ਆ ਜਾਏਗਾ। ਵੀਰ ਤੋਂ 10 ਸਾਲ ਤੱਕ ਭੁੱਖੇ ਬੈਠੇ ਇੱਥੇ ਆ ਬੈਠੇ, ਨੋ ਖਾਓਗੇ ਕਿ ਕਾਂਗਰਸ ਕਭੀ ਵੀ ਗਰੀਬ ਮਜ਼ਦੂਰ ਦਲਿਤ ਖਿਲਾੜੀ ਕਿਸੇ ਦੇ ਪਕਸ਼ ਮੇ ਨਹੀਂ ਰਹੀ। ਇਹ ਗਲਤੀ ਮਤ ਕਰਦੇ ਹੋ, ਗਰੀਬ ਆਦਮੀ ਕੇ ਲਈ ਇੱਕ ਸਰਕਾਰ ਹੈ ਭਾਰਤੀ ਜਨਤਾ ਪਾਰਟੀ। ਇੱਕ ਵੀ ਵੋਟ ਖਰਾਬ ਨਹੀਂ ਕਰਨੀ ਹੈ। ਸਾਂਝ ਹੁੰਦੀ ਤੇ ਦਾਰੂ ਕੇ ਟਰੱਕ ਤਾਰਦੇ ਹੀ ਕਿਹੜੇ ਸਮਾਜ ਨੂੰ ਸੁਧਾਰੇਗਾ। ਇੱਕ ਵਾਰ ਉਹਨਾਂ ਦਾ ਚਿਹਰਾ ਦੇਖੋ, ਇੱਕ ਵਾਰ ਆਪਣੀ ਸਪੀਟ ਦਾ ਦੇਖੋ, ਦੇਖੋ ਕੌਣ ਕੰਮ ਕਰ ਸਕਿਆ ਹੈ। ਆਪਣੇ ਇਤਨੇ ਸਾਲ ਦੇ ਦੀ ਆਪਣੀ ਜ਼ਿੰਦਗੀ ਗਏ, ਇੱਕ ਮੌਕਾ ਤਾਂ ਇੱਕ ਵਕਤ ਮੇਰਾ ਵੀ ਬਣਾ ਹੈ। ਬਿਨਾਂ ਮਾਂ ਬਾਪ ਕਾ ਖਿਲਾੜੀ ਬੇਟਾ ਵੀ ਨਹੀਂ, ਇਤਰਿਆਂ ਨੂੰ ਕੋਈ ਨਾ ਕਿ ਮੈਂ ਅੱਜ ਝੂਠੀ ਘੋਸ਼ਣਾ ਕਰਕੇ ਚੱਲਿਆ ਤਾ। ਤਾਰਾ ਕੀ ਬਾਤ ਕਰੋ, ਨਾ ਇਹ ਕਰ ਸਕਦੇ ਨਾ ਕੋਈ ਕਹਿ ਸਕਦੀ, ਕਿਉਂ ਇਹ ਕੀਤਾ ਅਸੀਂ ਜ਼ਿਕਰ ਨਹੀਂ ਕਰਿਆ ਹੋਈ ਨਹੀਂ ਬਾਤਾਂ ਕਾ, ਇਹ ਵੀ ਕਮੀ ਹੈ। ਅੜ ਕਰ ਜਾਂਦੇ ਹੋਏ ਘੋਸ਼ਣਾ ਨੂੰ ਕਰ ਦੂੰਗਾ ਨੂੰ ਕਰ ਦੂੰਗਾ, ਤੁਹਾਨੂੰ ਮੂਲ ਮੁੱਲ ਸੁਵਿਧਾ ਦਿੱਤੀ ਕੋਈ ਨਾ, ਤੁਹਾਨੂੰ ਵੱਡੇ ਕੰਮ ਕੀਤ ਕਰੋ ਜੀ। ਇਹ ਸੜਕ ਗਲੀ ਨਾਲੀ ਪੀਣ ਦਾ ਪਾਣੀ, ਇਹ ਨਾ ਦੀ ਨਾਸ ਦੀ ਧਰਤੀ, ਇਹ ਕੀ ਖੇਲਗਾ ਕਰਾਉਂਗੇ, ਕੀ ਸਿੱਖਿਆ ਕਰਾਉਂਗੇ, ਕੀ ਸਵਸਥਾ ਕਰਾਉਂਗੇ, ਕੀ ਰੋਜ਼ਗਾਰ ਕਰਾਉਂਗੇ। ਪਿੰਡ ਦਾ ਸਟਾ ਲਓ, ਇਤਨਾ ਵਧੀਆ ਮੌਕਾ ਆ ਰਿਹਾ ਹੈ, ਇਤਨਾ ਕੰਮ ਕਰ ਦੋ, ਕਿਸੇ ਮੂੰਹ ਕਰਨਾ ਦੇਖਣਾ ਨਹੀਂ ਪੜੇਗਾ। ਆਪਕਾ ਹੱਥ ਮੈਂ ਹੈ, ਦੁਬਾਰਾ ਆਇਆ ਨਹੀਂ ਜਾਗਾ, ਆਪਣੇ ਸਭ ਨੇ ਪਤਾ ਮੁਸ਼ਕਿਲ ਲੱਗਾ ਮੌਕਾ, ਆਇਆ ਜਾ ਨਾ ਆਇਆ ਜਾ, ਆਪਣੀ ਵੋਟ ਆਪਣੀ ਆਪਣੀ ਨਹੀਂ, ਜਿਸ ਪਰ ਜਾਇਆ ਜਾ ਹੰਡੋ ਰਿਸ਼ਤੇਦਾਰੀਆਂ, ਨਹੀਂ ਜਾਇਆ ਜਾ ਤਾਂ ਫੋਨ ਕਰੋ, ਫੋਨ ਤਾਂ ਕਰੇ ਸਕੋ ਦਿਨ ਰਾਤ, ਸਾਰੇ ਰਿਸ਼ਤੇਦਾਰੀਆਂ ਫੋਨ ਘੁਮਾਓ, ਅੱਗੇ ਆਹ ਗਲਤੀ ਨਹੀਂ ਕਰਨੀ ਹੈ, ਇਸ ਮੈਂ ਮਲਕ ਕੋ ਭ੍ਰਿਸ਼ਟਾਚਾਰੀਓ ਸੇ ਬਾਹਰ ਨਿਕਲਣਾ ਹੈ। ਔਰ ਇੱਕ ਬਾਤ ਹੋਰ, ਇਸ ਮੈਂ ਕਹੋ ਮਤਾ ਜੀ ਹੋ, ਕਿਉਂਕਿ ਬਹੁਤ ਘਣਾ ਤਾਂ ਮਾਰਾ ਵੋਟਰ ਨੂੰ ਸੋਚਿਆ ਰਿਹਾ ਸਰਕਾਰ ਬਣ 3 ਸਾਲ ਜਾ ਗਿਰੂ, ਇਸ ਬਾਤ ਨੇ ਕਾਨ ਖੋਲ ਕੇ ਸੁਣ ਲਿਓ, ਜਹਾਂ ਜਹਾਂ ਤੱਕ ਮੇਰੀ ਆਵਾਜ਼ ਆ ਰਹੀ ਹੈ, ਹਰਿਆਣਾ ਪ੍ਰਦੇਸ਼ ਮੈਂ ਤੀਸਰੀ ਵਾਰ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਬਣਨੇ ਜਾ ਰਹੀ ਹੈ। ਇੱਕ ਚਾਏ ਪਾਣੀ ਕੇ ਪ੍ਰੋਗਰਾਮ ਮੈਂ ਇਤਨੀ ਭਾਰੀ ਸੰਖਿਆ ਮਾਂ ਵੀ ਇਕੱਠੇ ਹੋਏ ਆਪਣੇ ਬੇਟੇ ਆਪਣੇ ਭਾਈ ਕੋ ਆਸ਼ੀਰਵਾਦ ਦੇਣੇ ਕੇ ਲਈ, ਅੰਦਾਜ਼ਾ ਤੋ ਇਸੀ ਸੇ ਲਗਾਇਆ ਜਾ ਸਕਤਾ, ਕੋਈ ਜਨ ਸਭਾ ਥੋੜ ਨਹੀਂ, ਆਪਨੇ ਇੱਕ ਚਾਏ ਕੇ ਕਾਰਯਕ੍ਰਮ ਤੋ ਬੁਲਾਇਆ ਥਾ, ਲੇਕਿਨ ਇਹ ਬਾਤ ਬਤਾਨੀ ਵੀ ਪੜੇਗੀ। ਔਰ ਭਾਰਤੀ ਜਨਤਾ ਪਾਰਟੀ ਤੋ ਵੀ ਉਹ ਨਾਰਾ ਦਿਆ ਕਰ ਨਾ ਤੀਸਰੀ ਵਾਰ, ਤੇ ਪਾਰੇ ਜਾ ਕਰ ਪ੍ਰਧਾਨ ਮੰਤਰੀ ਜੀ ਕਾ ਇਲੈਕਸ਼ਨ ਮੈਂ ਦੇਖ ਲਿਆ ਥਾ ਆਪਣੇ ਲੋਕ ਸਭਾ ਮੈਂ, ਤੀਸਰੀ ਵਾਰ ਹਮਾਰੇ ਆਦਰਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣ ਗਏ ਤੇ ਸਰਕਾਰ ਆ ਗਈ। ਇਹ ਝੂਠਾ ਮਾਹੌਲ ਬਣਾਓ ਹੈ, ਸਰਕਾਰ ਆਪਣੀ ਬਣਨ ਲੱਗ ਰਹੀ ਹੈ, ਗਰੀਬ ਆਦਮੀ ਦੀ ਸਰਕਾਰ ਹੈ, ਗਲਤੀ ਮਤ ਕਰਦੇ ਹੋ, ਕੋਈ ਸਾਰੇ ਬੰਦ ਹੋ ਜਾਏ, ਜਿਤਨੇ ਵੀ ਹੱਕ ਤਲਾ ਰੱਖੇ ਨਾ ਗਰੀਬ ਆਦਮੀ ਦੇ ਨਾਮ ਕੇ, ਕਾਂਗਰਸ ਦੀ ਲੂਟ ਮਚਾ ਦੇਗੀ। ਪਹਿਲੇ ਵੀ ਐਸਾ ਦਿਨ ਕੇ ਟਾਈਮ ਪਰ ਦਲਿਤਾਂ ਪਰ ਅੱਤਿਆਚਾਰ ਕਰਨਗੇ ਤੇ ਕੇਸ ਪਾ ਜਾਂਗੇ ਇਨਕੇ ਹਜ਼ਾਰ, ਕਿਸੇ ਦਾ ਕੋ ਭਲਾ ਕਰਨ ਦਾ ਨਹੀਂ ਪਾਵੇ। ਇਹ ਤਾਂ ਫਿਰ ਆਪਣੇ ਦੇਖਣੇ ਪੜੇਗੇ ਨਾ ਮਤਾ, ਇਹ ਚੁਲੜੀਆ ਬੰਨ ਬਕਾ ਲੱਗ ਰਿਹਾ ਨਾ, ਬਕਾ ਹੋਏ ਫਿਰ ਆਂਧਿਆ ਹੋ ਜਾ। ਅਸਲ ਮੈਂ ਕੀ ਹੋਇਆ, ਅਸਲ ਮੈਂ ਗਲਤੀ ਕੀ ਹੋਈ, ਉਸ ਦਾ ਪੇਟ ਥੋੜਾ ਭਰੇਗਾ, ਸਭ ਕੁਛ ਦੇ ਹੈ, ਸਭ ਨੂੰ ਪਤਾ ਹੈ ਜੀ ਗਰੀਬ ਆਦਮੀ ਹੈ, ਲੇਕਿਨ ਆਪਣੀ ਆਪਣੀ ਵੋਟ ਤੇ ਕੰਮ ਕੋ ਨਹੀਂ ਚੱਲ ਰਿਹਾ ਹੈ। ਜੋ ਨਿਰਦਲੀਆ ਵਿਧਾਇਕ ਨੂੰ ਕੰਧਾਂਡਾ ਹੈ, ਗਣਿਆ ਕਰੜਾ ਮੁਕਾਬਲਾ ਬਣੇਗਾ ਤਾਂ 20-30% ਵੋਟ ਖਰੀਦ ਲੂਗਾ, ਗਰੀਬ ਆਦਮੀ ਭਿਖਤਾਂਡਾ ਹੈ, ਇੱਕ ਵਾਰ ਇਨਤੀ ਬਤਾਣਾ ਵੀ ਪੜੇਗਾ, ਜ਼ੋਰ ਲਾ ਗਏ ਭਾਈ ਆਪਣਾ ਖਤਰੀ ਲੜਾਈ ਲੜਾਂਗੇ ਹਮ।
ਮੱਛਾਂ ਤਾਂ ਖੂਨ ਜ਼ਿਆਦਾ ਤੁੜੇ ਨੀ ਵਿੱਚ ਕਰੂੰ ਕਿ ਆਪਣੀ ਆਪਣੀ ਵੋਟ ਫੋਰ ਮਤ ਟੁੱਟੋ ਸਾਰੇ ਰਿਸ਼ਤੇਦਾਰੀਆਂ ਉਹਨਾਂ ਕੋ ਤਾਂ ਅੱਗ ਕਰੋ ਹੋਰ ਉਹਨਾਂ ਕੋ ਅੱਗ ਕਰੋ ਜੋ ਚੈਨ ਸਿਸਟਮ ਇਤਨਾ ਮਜ਼ਬੂਤ ਬਣਾ ਦਿਓ ਜੇ ਵੀ ਉਹ ਗਰੀਬ ਆਦਮੀ ਇੱਕ ਤਰਫਾ ਹੋ ਜਾਏਗਾ ਨਾ ਜੇ ਅਮੀਰ ਕਿਤਨਾ ਹੰਗਾ ਲਾ ਲਿਓ ਕਿਤਨੇ ਸਾਰਾ ਪੈਸਾ ਬੈਠ ਲਿਓ ਕਿਤਨੇ ਕਮਰ ਮਸ਼ਹੂਰ ਹੋ ਜਾਓ ਇਸ ਮੈਂ ਮਲਕਮ ਬਦਲਾਵ ਲਿਆਓ ਇਤਨੇ ਸਾਲ ਹੋ ਗਏ ਤੁਮਨੇ ਭੁਗਤੇ ਗਰੀਬ ਆਦਮੀ ਭਲਾ ਕਰਦੇ ਮਾਥੇ ਪਾਤੀ ਨਕਦੀ ਕਰੀ ਉਦੋਂ ਪੈਸੇ ਕੀ ਪੂਜਤਨੀ ਹੈ ਇਨਕੀ ਖੇਤੀ ਮੈਂ ਸਰੀਆ ਦਾ ਲੋਕ ਰੱਖ ਦਿੰਦੇ ਹਟਦਾ ਬੜੀ ਇਲੈਕਸ਼ਨ ਟਾਈਮ ਤੇ ਕਿਤਨੇ ਰਾਜੀ ਬੋਲੋ ਇਹ ਕਦੇ ਸਾਰੇ ਘਰਾਂ ਮਾਰ ਨਹੀਂ ਸਕਦੇ ਜੇ ਉਹ ਬੇਟਾ ਤੇਰਾ ਛੋਟਾ ਹਾਨਾਥ ਹੋ ਗਿਆ ਛੋਟਾ ਹਾਨਾਥ ਹੋ ਗਿਆ ਮੈਂ ਸਾਡੇ 3000 ਰੁਪਏ ਨੌਕਰੀ ਕਰਿਆ ਪ੍ਰਾਈਵੇਟ ਸਕੂਲ ਦਿਨ ਰਾਤ ਮਿਹਨਤ ਕਰਕੇ ਦੇਸ਼ ਦਾ ਕਪਤਾਨ ਬਣੇ ਅਰਜੁਨ ਅਵਾਰਡੀ ਖਿਲਾੜੀ ਸਾਰੀ ਸਮੱਸਿਆ ਉਹ ਇਸ ਸਮੱਸਿਆ ਦਾ ਇਸ ਤਰ੍ਹਾਂ ਤੋਂ ਮੈਂ ਲਿਖ ਰਿਹਾ ਇਹ ਚੀਜ਼ ਦੇ ਦੇ ਸਾਰੀ ਰਿਸ਼ਤੇਦਾਰੀਆਂ ਕਰਦੇ ਕਰਦੇ ਗਲਤੀ ਨਾ ਹੋਣ ਦਿਓ ਨਾ ਤਾਂ ਸਰਕਾਰ ਬਣ ਜਾਏਗੀ ਤੁਮ ਫਿਰ ਭੁਗਤੋਗੇ ਜੋ ਬਦਲ ਨਿਰਦਲੀਏ ਬਣ ਜਾਏਗਾ ਆਪਣੇ ਟੈਂਡਰ ਲੈ ਜਾ ਕੇ ਆਪਣੇ ਰੁਪਏ ਬਣਾਏ ਜਾਏਗਾ ਥਾਰਾ ਬਣਦਾ ਕੁਛ ਨੀ ਆਣਾ ਕਾਂਗਰਸੀ ਬਣ ਗਿਆ ਉਹ ਕੰਮ ਤੋਂ ਚਿਰ ਠੇਕੇਦਾਰ ਪਾ ਜਾ ਉਹਨਗੇ ਹਿਸਾਬ ਤਰ੍ਹਾਂ ਦਾ